ਕਹਿੰਦੇ ਹੈ ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ। ਕਿ ਇਹ ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਹੋਰ ਦਾ ਰਾਜ ਕਿਉਂ ਹੋਵੇ। ਅਸੀਂ ਰੋਜ਼ ਜਿਉਣ ਲਈ ਮਰਦੇ ਹਾਂ ਥੋੜ੍ਹਾ ਥੋੜ੍ਹਾ। ਸੁਣ, ਜੋ ਦਿਲ ਕਰਦਾ ਨਾ ਉਹ ਕਰ ਲਿਆ ਕਰੋ। ਕਿਸੇ ਨੇ ਨਹੀਂ ਪਤਾ ਕਿ ਇਹਦੀ ਕਿੰਨੀ ਕੁ ਰਹਿ ਗਈ ਆ। ਆਹ ਸਾਹਾਂ ਦਾ ਭਰੋਸਾ ਕਿਸੇ ਦਾ ਵੀ ਨਹੀਂ ਆ। ਸੋ ਲਾਈਫ ਨੂੰ ਜੋ ਮਿਲਿਆ ਉਹਨੂੰ ਇੰਜੋਏ ਕਰਨਾ ਸਿੱਖੋ, ਜਿਹੜੇ ਪਲ ਰੱਬ ਨੇ ਦਿੱਤੇ ਨੇ। ਸੋ ਇੱਕ ਹੋਰ ਆਪਣੇ ਆਪਣੇ ਲਈ ਜ਼ੋਰਦਾਰ ਤਾੜੀਆਂ ਲਗਾ ਲਓ। ਕਿੰਨੇ ਘੈਂਟ ਲੱਗ ਰਹੇ ਹੋ ਤੁਸੀਂ। ਹਾਂਜੀ ਬਾਪੂ ਜੀ, ਬਾਪੂ ਜੀ ਤੁਸੀਂ ਤਾੜੀਆਂ ਨਹੀਂ ਲਾਉਂਦੇ, ਲਾਇਓ ਮੜੀ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਚਲੋ ਹੁਣ ਅਗਲੀ ਗੱਲ ਕਰਾਂਗੇ। ਪਹਿਲਾਂ ਸਾਰੇ ਜਣੇ ਹੱਸੋ, ਸਮਾਈਲ ਕਰੋ, ਮੁਸਕਰਾਓ। ਕਹਿੰਦੇ ਹੱਸਦਿਆਂ ਦੇ ਘਰ ਵੱਸਦੇ, ਪਰ ਅੱਜ ਕੱਲ੍ਹ ਵਸੇ ਹੋਏ ਜ਼ਿਆਦਾ ਰੋਂਦੇ ਮੈਨੂੰ ਲੱਗਦਾ। ਕੁਆਰੇ ਫਿਰ ਵੀ ਖੁਸ਼ ਨੇ। ਮੈਡਮ ਸਨਮ ਸ਼ਰਮਾ ਜੀ, ਉਹਨਾਂ ਦੇ ਨਾਲ ਰਾਧਿਕਾ ਸ਼ਰਮਾ ਜੀ, ਸੋ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਵੱਡਾ ਨਾਮ ਹੈ ਪੰਜਾਬ ਦੇ ਵਿੱਚ ਦੋਨੇ ਮੈਡਮਾਂ ਦਾ। ਸੋ ਅਗਲੀ ਮੈਂ ਨੀਵਾਂ, ਮੇਰਾ ਮੁਰਸ਼ਦ ਉੱਚਾ, ਕਿ ਅਸੀਂ ਉੱਚੀਆਂ ਦੇ ਨਾਲ ਲਾਈਆਂ, ਸਦਕੇ ਜਾਵਾਂ ਉਹਨਾਂ ਉੱਚੀਆਂ ਦੇ ਜਿਨ੍ਹਾਂ ਨੀਵੀਆਂ ਨਾਲ ਨਿਭਾਇਆ, ਜਿਨ੍ਹਾਂ ਨੀਵੀਆਂ ਨਾਲ ਨਿਭਾਇਆ। ਹੁਕਮਾਂ ਦੀ ਤਾਮੀਲ ਹਾਂ ਕਰਦੀ, ਮੈਂ ਆਪਣਾ ਫਰਜ਼ ਨਿਭਾਉਂਦੀ ਹਾਂ। ਜੋ ਵੀ ਹੈ ਮੇਰੀ ਰੂਹ ਦੇ ਅੰਦਰ, ਮੈਂ ਕਾਗਜ਼ ਉੱਤੇ ਵਾਉਂਦੀ ਹਾਂ। ਲੱਖਾਂ ਫਨਕਾਰ ਨੇ ਇਸ ਮੰਚ ਤੇ, ਮੈਂ ਕਿਹੜੀ ਗਿਣਤੀ ਵਿੱਚ ਆਉਂਦੀ ਹਾਂ। ਲੋਕੀ ਕਹਿੰਦੇ ਮੈਂ ਨੱਚਦੀ ਫਿਰਦੀ, ਮੈਂ ਆਪਣਾ ਯਾਰ ਮਨਾਉਂਦੀ ਹਾਂ, ਮੈਂ ਆਪਣਾ ਯਾਰ ਮਨਾਉਂਦੀ ਹਾਂ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡੇਰਾ ਬਾਬਾ ਗੋਸਾਈਆਂ ਵਾਲਾ ਜੀ ਦੇ ਸੱਭਿਆਚਾਰਕ ਮੇਲੇ ਤੇ ਆਏ ਹੋਏ ਸਾਰੇ ਸੰਗਤਾਂ ਨੂੰ, ਭਾਈਆਂ ਭੈਣਾਂ ਜੋ ਵੀ ਸਾਰੇ ਆਏ ਨੇ, ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਦੀ ਹਾਂ, ਵੈਲਕਮ ਕਰਦੀ ਹਾਂ। ਸਭ ਤੋਂ ਪਹਿਲਾਂ ਪੇਸ਼ ਕਰਤਾ ਅਮਰਜੀਤ ਮਾਨ ਜੀ, ਉਹਨਾਂ ਦੀ ਪੂਰੀ ਟੀਮ ਤੇ ਸਾਰੇ ਸੇਵਾਦਾਰ ਜੋ ਵੀ ਸਾਰੇ ਇੱਥੇ ਇਕੱਠੇ ਹੋਏ ਆ, ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਸੱਭਿਆਚਾਰਕ ਮੇਲੇ ਦਾ ਆਗਾਜ਼ ਕਰਨ ਤੋਂ ਪਹਿਲਾਂ ਮੈਂ ਰਾਧਿਕਾ ਦਾ ਧੰਨਵਾਦ ਕਰਦੀ ਹਾਂ, ਮੇਰੀ ਪੂਰੀ ਪਿੱਛੇ ਜੋ ਟੀਮ ਹੈ ਉਹਨਾਂ ਨੂੰ ਵੈਲਕਮ ਕਰਦੀ ਹਾਂ, ਧੰਨਵਾਦ ਕਰਦੀ ਹਾਂ। ਬਹੁਤ ਜ਼ਿਆਦਾ ਫਨਕਾਰ ਇੱਥੇ ਆਏ ਨੇ, ਜਿਵੇਂ ਕਿ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਅਮਰਜੀਤ ਧੀਮਾਨ ਜੀ ਜਿਹੜੇ ਪੇਸ਼ਕਰਤਾ ਨੇ ਅੱਜ ਦੇ ਇਸ ਸੱਭਿਆਚਾਰਕ ਮੇਲੇ ਦੇ, ਉਹ ਨਵੇਂ ਨਵੇਂ ਫਨਕਾਰਾਂ ਨੂੰ ਮੌਕਾ ਦਿੰਦੇ ਨੇ ਤਾਂ ਕਿ ਹਰ ਇੱਕ ਇਨਸਾਨ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲੇ। ਫਿਰ ਸਾਡੇ ਕੋਲ ਕਾਫੀ ਜ਼ਿਆਦਾ ਇੱਥੇ ਕਲਾਕਾਰ ਪਹੁੰਚੇ ਹੋਏ ਨੇ, ਸੋ ਸਾਰਿਆਂ ਨੂੰ ਆਪਾਂ ਮੌਕਾ ਦੇਵਾਂਗੇ ਜਿਹੜੇ ਜਿਹੜੇ ਕਲਾਕਾਰ ਨੇ। ਪਰ ਇੱਕ ਗੁਜ਼ਾਰਿਸ਼ ਹੈ, ਕੋਈ ਨਵਾਂ ਕਲਾਕਾਰ ਆ ਕੇ ਸਾਨੂੰ ਨਾਮ ਨਾ ਲਿਖਾਵੇ, ਜਿਨ੍ਹਾਂ ਦੇ ਆਲਰੇਡੀ ਨਾਮ ਮੇਲੇ ਤੋਂ ਪਹਿਲਾਂ ਆਪਾਂ ਲਿਖੇ ਹੋਏ ਨੇ ਅਤੇ ਜਿਨ੍ਹਾਂ ਦੀ ਫੋਟੋ ਲੱਗੀ ਹੋਈ ਆ, ਉਹੀ ਕਲਾਕਾਰਾਂ ਨੂੰ ਅਸੀਂ ਅੱਜ ਇੱਥੇ ਮੌਕਾ ਦੇਵਾਂਗੇ। ਅਤੇ ਜਿਹੜੇ ਹੋਰ ਨਵੇਂ ਕਲਾਕਾਰ ਇਸ ਮੇਲੇ ਦੇ ਨਾਲ ਜੁੜਨਾ ਚਾਹੁੰਦੇ ਨੇ, ਉਹ ਅਗਲੀ ਵਾਰ ਆਪਣੀ ਫੋਟੋ ਅਤੇ ਆਪਣਾ ਨਾਮ ਸਾਨੂੰ ਦੇ ਦਿਓ, ਕੁਰਾਲੀ ਦੇ ਸਟੇਜ ਦੇ ਉੱਤੇ ਤੁਸੀਂ ਆਪਣੀ ਕਲਾ ਦਿਖਾ ਸਕਦੇ ਹੋ। ਇੱਕ ਵਾਰ ਫਿਰ ਜ਼ੋਰਦਾਰ ਤਾਲੀ ਆਪਣੇ ਆਪਣੇ ਨਾਂ ਤੇ ਲਾ ਦਿਓ ਜੀ, ਮੜੇ ਚ ਹੱਸ ਲਓ। ਕਹਿੰਦੇ ਹੱਸਦਿਆਂ ਦੇ ਘਰ ਵੱਸਦੇ, ਹੱਸਦੇ ਰਹਿਣਾ ਚਾਹੀਦਾ। ਬਹੁਤ ਹੀ ਪਿਆਰੀ ਜੀ ਬੁਲੰਦ ਆਵਾਜ਼, ਇੱਕ ਨੌਜਵਾਨ ਸੋਹਣਾ ਸੁਨੱਖਾ ਗੱਭਰੂ ਵਿਸ਼ਾਲ। ਹਾਂ ਪੀਰਾਂ ਦਾ ਮਹਾਪੀਰ ਤੂੰ ਹੈ, ਫਕਰ ਅਵਲ ਫਕੀਰ ਤੂੰ ਹੈ, ਹਾਸਾ ਵੀ ਤੂੰ ਨੀਰ ਤੂੰ ਹੈ, ਰੂਹ ਦਾ ਅਸਲ ਸਰੀਰ ਤੂੰ ਹੈ, ਸਭ ਪੈਣਾ ਦਾ ਵੀਰ ਤੂੰ ਹੈ, ਸ਼ੁਰੂ ਵੀ ਤੂੰ ਅਖੀਰ ਤੂੰ ਹੈ। ਵਾਹ ਗੁਰੂ ਬਾਬਾ, 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 ਗੁਰੂ ਮਾੜੀ ਨੀਤ ਵਾਲਾ ਚੱਲ
ਆਉਂਦੀਆਂ ਨੇ ਨਿੱਤ ਖਬਰਾਂ, ਟੁੱਟ ਟੁੱਟ ਜਾਣ ਬਾਪ ਦੀਆਂ ਕਬਰਾਂ, ਲੱਟ ਨਾਲ ਕਾਲੀ ਜੀ ਦੀ ਭੈਣ ਬੱਸ ਗਏ, ਉਹ ਵੰਗ ਟੁੱਟ ਜਾਂਦੇ ਸਾਰੇ ਸਬਰਾਂ, ਕਹਿ ਕੇ ਕੋਈ ਕੁੜੀ ਜੋ ਮਸ਼ੂਕ ਚੱਕਦਾ, ਕਹਿ ਕੇ ਕੁੜੀ ਜੋ ਮਸ਼ੂਕ ਚੱਕਦਾ, ਉਹ ਬੰਦਾ ਆਣ ਕੀ ਬੰਦੂਕ ਚੱਕਦਾ, ਉਹ ਬੰਦਾ ਆਣ ਕੀ ਬੰਦੂਕ ਚੱਕਦਾ, ਉਹ ਬੰਦਾ ਆਣ ਕੀ ਬੰਦੂਕ ਚੱਕਦਾ। ਇਸਤਕਬਾਲ ਕਰਦੇ ਹਾਂ ਅਮਰਜੀਤ ਧੀਮਾਨ ਜੀ ਦੀ ਪੂਰੀ ਟੀਮ ਦੇ ਵੱਲੋਂ। ਇੱਕ ਵਾਰ ਅਮਰਜੀਤ ਧੀਮਾਨ ਜੀ ਦੇ ਲਈ ਜ਼ੋਰਦਾਰ ਤਾਲੀਆਂ ਲਗਾ ਦਿਓ। ਇਹ ਜਿਹੜੇ ਕਾਰਜ ਨੇ ਬੜੇ ਔਖੇ ਹੁੰਦੇ ਆ ਜੀ ਕਰਾਣੇ। ਕਹਿੰਦੇ ਕੱਲ ਕਿੱਲਣ ਤੈਨੂੰ ਤੇ ਅੱਜ ਕਿੱਲਣ ਮੈਨੂੰ, ਲੋਕ ਅੱਜ ਕੱਲ ਸਪੇਰੇ ਨੇ। ਕਿ ਕੱਲ ਕਿੱਲਣ ਤੈਨੂੰ ਤੇ ਅੱਜ ਕਿੱਲਣ ਮੈਨੂੰ, ਲੋਕ ਅੱਜ ਕੱਲ ਸਪੇਰੇ ਨੇ, ਐਤਬਾਰ ਨਾ ਕਰੀ ਇਹਨਾਂ ਤੇ, ਐਤਬਾਰ ਨਾ ਕਰੀ ਇਹਨਾਂ ਤੇ, ਇਹ ਤੇਰੇ ਮੂੰਹ ਤੇ ਤੇਰੇ ਨੇ ਤੇ ਮੇਰੇ ਮੂੰਹ ਤੇ ਮੇਰੇ ਨੇ। ਸੋ ਅੱਜ ਕੱਲ ਦੀ ਦੁਨੀਆਂ ਤੇ ਜੀ ਕੋਈ ਐਤਬਾਰ ਨਹੀਂ ਹੈ। ਪਹਿਲਾਂ ਕਹਿੰਦੇ ਸੀ ਕਿ ਮਾਂ ਪਿਓ ਭੈਣ ਭਰਾ ਨੌ ਮਾਂ ਦੇ ਰਿਸ਼ਤੇ ਹੁੰਦੇ ਨੇ, ਹਨਾ, ਨੌ ਮਾਸ ਦੇ ਰਿਸ਼ਤੇ ਹੁੰਦੇ ਨੇ। ਪਰ ਅੱਜ ਕੱਲ ਇਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨਹੀਂ ਕਿਸੇ ਦਾ ਬੇਲੀ। ਸੋ ਇਕੱਲੇ ਆਏ ਆ ਤੇ ਇਕੱਲੇ ਜਾਣਾ। ਇੱਕ ਵਾਰ ਉਸ ਰੱਬ ਦੇ ਨਾਂ ਤੇ ਜ਼ੋਰਦਾਰ ਤਾਲੀਆਂ ਲਗਾ ਦਿਓ। ਆ ਸੱਚਾ ਯਾਰ ਰੱਬ ਹੀ ਹੁੰਦਾ ਦੁਨੀਆ ਤਾਂ ਹੈ ਹੀ ਧੋਖੇ ਬਾਜਾਂ ਦੀ, ਤੁਹਾਨੂੰ ਕੀ ਦੱਸਾਂ ਮੈਂ। ਸੋ ਮੇਰੀਆਂ ਦੁਨੀਆਦਾਰੀ ਦੀਆਂ ਗੱਲਾਂ ਖਤਮ ਨਹੀਂ ਹੋਣੀਆਂ, ਆਪਾਂ ਗੱਲਬਾਤ ਕਰਾਂਗੇ। ਅਗਲੀ ਸੁਪਰ ਸਟਾਰ ਜੋੜੀ ਸਾਡੇ ਵਿਚਕਾਰ ਮੌਜੂਦ ਨੇ। ਜਿੱਥੇ ਤੂੰ ਨੀ ਸੋਹਣਿਆ, ਇਹ ਦੁਨੀਆ ਚ ਮੇਲਾ ਜਿੱਥੇ
ਸੋਹਣਿਆ। ਫਿਰ ਦੁਬਾਰਾ ਮੈਂ ਇਸ ਮੰਚ ਤੇ ਬੁਲਾਉਣਾ ਚਾਹੂੰਗੀ। ਪਲੀਜ਼ ਨਾਮ ਦੱਸਿਓ ਉਹਨਾਂ ਦਾ। ਬੱਬੂ ਖਰੜ ਜੀ, ਆ ਜਾਓ ਪਲੀਜ਼ ਇਸ ਮੰਚ ਤੇ, ਫਿਰ ਰੌਣਕਾਂ ਲਗਾਓ, ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਲਊਂਗੀ। ਸਾਰਿਆਂ ਦੀ ਵਾਰੀ ਆਉਣੀ ਚਾਹੀਦੀ ਹੈ, ਬੋਰ ਨਹੀਂ ਹੋਣੇ ਚਾਹੀਦੇ। ਪਲੀਜ਼ ਬੋਰ ਹੋ ਕੇ ਨਾ ਬੈਠੋ, ਹੱਸੋ ਤਾਂ ਸਹੀ, ਕਲੈਪਿੰਗ ਤਾਂ ਕਰ ਦਿਓ, ਮੇਲੇ ਦਾ ਮਜ਼ਾ ਨਹੀਂ ਆ ਰਿਹਾ ਹੈਗਾ। ਪਲੀਜ਼ ਆ ਜਾਓ ਬੱਬੂ ਜੀ ਖਰੜ ਤੋਂ, ਪਲੀਜ਼ ਕਲੈਪਿੰਗ ਕਰ ਦਿਓ ਇੱਕ ਵਾਰੀ। ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਭਾਜੀ ਭਾਜੀ ਰੱਖੋ ਖਾਂਦੇ ਪੀਂਦਿਆਂ ਨੂੰ ਦੇਖ ਕੇ ਨਾ ਛੜੀਏ, ਆਟੇ ਗਵਾਲ ਕੇ ਕਦੇ ਨਾ ਲੜੀਏ। ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਕੰਨਿਆਂ ਗਵਾਰੀ ਮੂਲੀ ਗਾਲ ਕੱਢੀ ਦੀ, ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀਦੀ। ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀਦੀ, ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਚਾਹੀਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। ਬਿਨਾ ਪੌੜੀ ਨਾ ਬਗਾ ਨਹੀਂ ਚੜੀਏ, ਆਹ ਨਿੰਦਿਆ ਤੇ ਜੁਗਲੀ ਕਿਸੇ ਦੀ ਨਾ ਕਰੀਏ, ਪੁੱਛੇ ਬਿਨਾ ਪੌੜੀ ਨਾ ਬਗਾ ਨਹੀਂ ਚੜੀਏ। ਹਾਂਜੀ ਸੋ ਮੈਡਮ ਦੀਪ ਸਰਵਾਰਾ ਜੀ, ਕੀ ਬਾਤ ਹੈ? ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਨਵੇਂ ਆ, ਨਵਿਆਂ ਨੂੰ ਮੌਕੇ ਘੱਟ ਹੀ ਮਿਲਦੇ ਆ, ਪਰ ਚਲੋ ਮੈਡਮ ਨੇ ਗੱਲ ਸਹੀ ਕਹੀ ਆ। ਹੋ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ, ਹੋ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ, ਹੋ ਰਾਜਾ ਪਾਇਆ ਨੂੰ ਛੱਡ ਫਕੀਰ ਹੋ, ਹੀਰ ਛੱਡ ਗਈ ਸਾਥ ਸਹੇਲੀਆਂ ਦਾ। ਹੁਣ ਇੱਕ ਪੈਰਾ ਆਪਣੇ ਵਿੱਚ ਲੈਜੈਂਡ ਨੇ ਸਾਰੇ, ਜੋ ਪੁਰਾਣੇ ਕਲਾਕਾਰ ਸੀ ਉਹਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ, ਤੇ ਅੱਜ ਦੇ ਕਲਾਕਾਰ ਜਿਹੜੇ ਨਵੇਂ ਕਲਾਕਾਰ ਨੇ ਉਹ ਸਾਡੇ ਵਰਗੇ ਨੂੰ ਮੌਕੇ ਦੇ ਨਹੀਂ ਰਹੇ, ਨਾ ਦੇਣੇ ਨੇ ਨਾ ਏਦਾਂ ਹੀ ਰਹਿਣਾ। ਆਪਾਂ ਕੋਈ ਮੇਲਾ ਲੱਗ ਗਿਆ ਸਾਡਾ ਵਧੀਆ, ਠੀਕ ਆ, ਸਾਨੂੰ ਮੌਕਾ ਮਿਲ ਜੂਗਾ, ਨਹੀਂ ਤਾਂ ਕੁਛ ਨਹੀਂ ਬਣਨਾ ਸਾਡਾ, ਐਵੇਂ ਹੀ ਰਹਿਣਾ ਸੀ। ਅੱਛਾ ਸਭ ਤੋਂ ਵੱਡੀ ਗੱਲ, ਯੂਟਿਊਬ 'ਤੇ ਮੇਰਾ
ਸੌਂਗ ਆਇਆ ਸੀਗਾ ਹਾਈ ਅਲਰਟ, ਉਹਦੇ ਦੋ ਬੋਲ ਤੁਹਾਡੇ ਸਾਰਿਆਂ ਦੇ ਸਾਹਮਣੇ ਕਰਦੀ ਆ, ਠੀਕ ਹੈ। ਬਾਕੀ ਇੱਕ ਗੱਲ ਆ ਜੀ, ਤੁਸੀਂ ਸਾਰੇ ਇੰਸਟਾਗ੍ਰਾਮ ਦੇਖਣਾ ਬੰਦ ਕਰ ਦਿਓ, ਕੁੜੀਆਂ ਨੇ ਗੰਦ ਬਹੁਤ ਪਾਇਆ। ਹੁਣ ਐਂ ਕਰੋ, ਮੇਲੇ ਦੇ ਨਾਂ 'ਤੇ ਇੱਕ ਵਾਰ ਤਾੜੀ ਲਾ ਦਿਓ ਸਾਰੇ ਜ਼ੋਰ ਨਾਲ। ਆਪਾਂ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਬੈਠੇ ਨੇ ਨਾ ਸਾਡੇ ਸਾਰੇ, ਆਪਾਂ ਇਹਨਾਂ ਲਈ ਲਾਸਟ ਦੇ ਵਿੱਚ ਸਿਰਫ ਇੱਕ ਪੈਰਾ ਗਾਣਾ ਅੰਤਰਾ, ਠੀਕ ਹੈ, ਉਹ ਤੋਂ ਬਾਅਦ ਬਸ ਆਪਣੀ ਸਮਾਪਤੀ ਆ। ਆਹ ਮੇਰੇ ਗਾਣੇ ਦੇ ਦੋ ਬੋਲ। ਬੰਦੇ ਦੀ ਪਹਿਚਾਣ ਹੁੰਦੀ ਏ ਆਖਿਰ ਉਹਦਿਆਂ ਕੰਮਾਂ ਤੋਂ, ਆਖਿਰ ਉਹਦਿਆਂ ਕੰਮਾਂ ਤੋਂ। ਸੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਮੰਚ ਦੇ ਉੱਤੇ ਸੱਦਾ ਦੇਣ ਜਾ ਰਹੀ ਹਾਂ ਬਹੁਤ ਹੀ ਪਿਆਰੀ ਜੀ ਮਿੱਠੀ ਆਵਾਜ਼ ਦੀ ਮਲਿਕਾ ਸ਼ਬਰੀ ਸ਼ੈਬੀ ਜੀ। ਬਹੁਤ ਜ਼ਿਆਦਾ ਇਹਨਾਂ ਨੇ ਅਵਾਰਡ ਜਿੱਤੇ ਹੋਏ ਨੇ ਆਪਣੀ ਪਿਆਰੀ ਮਿੱਠੀ ਆਵਾਜ਼ ਦੇ ਸਦਕਾ। ਸੋ ਤਾਲੀਆਂ ਜ਼ੋਰਦਾਰ ਮੈਡਮ ਸ਼ਬਰੀ ਸ਼ੈਬੀ ਜੀ, ਹਾਂਜੀ ਆਉਣ ਦਿਓ। ਪਿਆਰੀ ਆਡੀਅੰਸ ਹੈ, ਖਾਸ ਕਰਕੇ ਜਿੱਥੇ ਬਜ਼ੁਰਗ ਬੈਠੇ ਹੋਣ ਨਾ ਉੱਥੇ ਮੈਨੂੰ ਦਿਲ ਨੂੰ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਬਜ਼ੁਰਗਾਂ ਲਈ ਮੈਂ ਕੁਲਦੀਪ ਮਾਣਕ ਸਾਹਿਬ ਦੀਆਂ ਕਲੀਆਂ ਕੁਛ ਹੈ ਜੋ ਕਿ ਤਿਆਰ ਕੀਤੀਆਂ ਨੇ ਅਤੇ ਤੁਹਾਨੂੰ ਜ਼ਰੂਰ ਸੁਣਾ ਕੇ ਜਾਊਂਗੀ। ਸੋ ਪਿੰਡ ਘੜੂਆਂ ਦੇ ਵਿੱਚ ਮੈਂ ਰਹਿੰਦੀ ਹਾਂ ਜੀ, ਅਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮਰਿੰਡਾ ਤੋਂ ਮੈਂ ਗ੍ਰੈਜੂਏਸ਼ਨ ਵਿਦ ਮਿਊਜ਼ਿਕ ਸਟੱਡੀ ਕੀਤੀ ਆ ਅਤੇ ਇੰਟਰਨੈਸ਼ਨਲ ਲੈਵਲ ਤੱਕ ਮੈਂ ਪ੍ਰਾਈਜ਼ ਵੀ ਜਿੱਤ ਕੇ ਦਿੱਤੇ ਹੈ। ਸੋ ਤੁਹਾਡੇ ਵਰਗੀਆਂ ਰੂਹਾਂ ਨਾਲ ਮੁਲਾਕਾਤ ਹੁੰਦੀ ਹੈ, ਸੋ ਬੜਾ ਚੰਗਾ ਲੱਗਦਾ ਇਹੋ ਜਿਹੀਆਂ ਸਟੇਜਿਸ ਸਾਨੂੰ ਮਿਲਦੇ ਨੇ ਅਤੇ ਸੋਹਣੀਆਂ ਸੋਹਣੀਆਂ ਮੈਡਮ ਦੇ ਸਾਨੂੰ ਦਰਸ਼ਨ ਹੁੰਦੇ ਨੇ। ਇਹਨਾਂ ਲਈ ਵੀ ਇੱਕ ਹੋਰ ਜ਼ੋਰਦਾਰ ਤਾਲੀ ਲਾ ਦਿਓ ਮੈਡਮ ਰਾਧਿਕਾ ਸ਼ਰਮਾ ਜੀ ਲਈ ਅਤੇ ਮੈਡਮ ਲਈ, ਕਿਉਂਕਿ ਦੇਖੋ ਇੱਥੇ ਖੜ ਕੇ ਬੋਲਣਾ ਹਰ ਦੇ ਵਸ ਦਾ ਕੰਮ ਨਹੀਂ ਆ, ਠੀਕ ਹੈ ਜੀ। ਅਤੇ ਇੰਨਾ ਅੱਛਾ ਇਹ ਸਟੇਜ ਨੂੰ ਬੰਨ ਕੇ ਰੱਖਿਆ, ਮੈਂ ਨੋਟਿਸ ਕਰ ਰਹੀ ਸੀ ਮੈਡਮ ਨੂੰ, ਮੈਂ ਤਾਂ ਸੋ ਇਹਨਾਂ ਨੂੰ ਪਹਿਲੀ ਵਾਰ ਮਿਲੀ ਹਾਂ, ਅਤੇ ਮੇਰੇ ਮਜੀਸ਼ੀਅਨ ਵੀਰਾਂ ਲਈ ਵੀ ਇੱਕ ਵਾਰ ਜ਼ੋਰਦਾਰ ਤਾਲੀ ਲਗਾ ਦਿਓ, ਮੈਡਮ ਦੇ ਲਈ ਬਹੁਤ ਜ਼ੋਰਦਾਰ ਤਾਲੀ ਲਗਾ ਦਿਓ ਜੀ। ਜਿੰਨੇ ਇਹ ਬਿਊਟੀਫੁੱਲ ਨੇ ਉਨੇ ਹੀ ਬਿਊਟੀਫੁੱਲ ਸਟੇਜ ਨੂੰ ਬੰਨ ਕੇ ਵੀ ਰੱਖਦੇ ਨੇ, ਇਸ ਗੱਲ ਨਾਲ ਤੁਸੀਂ ਸਾਰੇ ਜਿਹੜੇ ਸਹਿਮਤ ਹੋ ਨਾ, ਤੇ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਜੀ ਆਪਣੇ ਪਿੰਡ ਕੁਰਾਲੀ ਦੇ ਲਈ। ਡੇਰਾ ਬਾਬਾ ਗੁਸਾਈਆਂ ਜੀ ਦੇ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਲਗਾ ਦਿਓ। ਸੋ ਆਪਾਂ ਮੇਲੇ ਦੀ ਸ਼ੁਰੂਆਤ ਹੈ ਜਿਹੜੀ ਉਹ ਜੁਗਨੀ ਤੋਂ ਕਰਾਂਗੇ, ਆ ਜਾਓ ਜੀ। ਹਾਂਜੀ, ਸੋ ਕੁਲਦੀਪ ਮਾਣਕ ਸਾਹਿਬ ਜੀ ਦਾ ਮੈਂ ਸਭ ਤੋਂ ਪਹਿਲਾਂ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਊਗਾ। ਅੱਜ Thank you.
ਸੋਹਣੀਆਂ ਧੀਆਂ
ਪ੍ਰਮੋਟਰ ਵੱਡੇ ਸਮਾਜ ਸੇਵਕ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪੁੱਜੇ ਨੇ। ਭਰਾਵਾਂ ਤੋਂ ਵੱਧ ਕੇ ਪਿਆਰ ਹੈ ਸਾਡੇ ਅਮਰਜੀਤ ਧਵਾਨ ਸਾਹਿਬ ਦੇ ਨਾਲ। ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਹੈ ਗੁਰਿੰਦਰ ਸਿੰਘ ਜੀ ਕਹਿਰੋਂ। ਅਕਸਰ ਇਹਨਾਂ ਨੂੰ ਵੱਖੋ ਵੱਖਰੇ ਖੇਡ ਮੇਲਿਆਂ 'ਤੇ ਦੇਖਿਆ। ਵੱਡੇ ਸਮਾਜ ਸੇਵਕ ਨੇ, ਉੱਘੇ ਖੇਡ ਪ੍ਰਮੋਟਰ ਨੇ ਗੁਰਿੰਦਰ ਸਿੰਘ ਜੀ ਕਹਿਰੋਂ। ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਬੋਤਲ ਠੇਕੇ 'ਚੋਂ ਚੱਕਣੀ ਬੜੀ ਸਮਾਰ ਦਿਓ। ਸੋ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਗੁਰਿੰਦਰ ਸਿੰਘ ਜੀ ਕਹਿਰੋਂ ਜੀ ਦਾ। ਵੱਡੇ ਸਮਾਜ ਸੇਵਕ ਨੇ, ਉੱਘੇ ਖੇਡ ਪ੍ਰਮੋਟਰ ਨੇ, ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਹੈ ਹਰਮਿੰਦਰ ਬਹਿਰਾਮਪੁਰੀ ਜੀ ਦਾ। ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਸ਼ਿਵਾਨੀ ਸਾਊਂਡ ਦਾ। ਸੋ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਅਮਰਜੀਤ ਧਵਾਨ ਸਾਹਿਬ ਵੱਲੋਂ ਸਾਡੇ ਵਿਚਕਾਰ ਮਨੂ ਛਿੱਬੜ ਜੀ ਵੀ ਪਹੁੰਚ ਚੁੱਕੇ ਨੇ। ਸੋ ਹਾਂਜੀ ਜੋ ਕਿ ਮੇਰੇ ਰਿਸ਼ਤੇ ਦੇ ਵਿੱਚ ਨਾਨਾ ਜੀ ਵੀ ਲੱਗਦੇ ਸੀ।